ਸਾਹਿਬ ਜੀ ਮੈਂ ਆ ਲੰਬੜਦਾਰ ਪਰਮਜੀਤ ਕੌਰ ਪਿੰਡ ਪਨਿਆਲੀ ਕਲਾਂ ਜ਼ਿਲ੍ਹਾ ਨਵਾਂਸ਼ਹਿਰ ਅਤੇ ਤਹਿਸੀਲ ਬਲਾਚੌਰ ਮੈਂ ਲੰਬੜਦਾਰ ਹੋਣ 'ਤੇ ਸਰਕਾਰ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੀ ਹਾਂ ਲੰਬੜਦਾਰਾਂ ਦਾ ਬਣਦਾ ਮਾਣ ਸਤਿਕਾਰ ਨਹੀਂ ਹੋ ਰਿਹਾ ਜਿਵੇਂ ਕਿ ਤਹਿਸੀਲਾਂ ਦੇ ਵਿੱਚ ਕੋਈ ਵੀ ਕਮਰਾ ਨਹੀਂ ਅਲਾਟ ਕੀਤਾ ਗਿਆ ਅਤੇ ਨਾ ਹੀ ਮਾਣ ਭੱਤਾ ਵਧਾਇਆ ਗਿਆ ਸਾਡੇ ਇੱਥੇ ਪੰਜਾਬ ਸਰਕਾਰ ਇੰਨਾ ਨਹੀਂ ਦੇ ਰਹੀ ਸਾਡੇ ਨਾਲ ਲੱਗਦੇ ਸੂਬੇ ਹਰਿਆਣਾ ਹਿਮਾਚਲ ਅਤੇ ਉੱਥੇ ਮਾਣ ਭੱਤਾ 3500 ਰੁਪਇਆ ਮਿਲ ਰਿਹਾ ਅਤੇ ਇੱਥੇ ਸਾਡੇ ਲੰਬੜਦਾਰਾਂ ਨੂੰ ਇੰਨਾ ਨਹੀਂ ਮਿਲ ਰਿਹਾ 1500 ਰੁਪਇਆ ਸਿਰਫ ਮਿਲ ਰਿਹਾ ਬਹੁਤ ਘੱਟ ਹੈ ਲੰਬੜਦਾਰਾਂ ਨੂੰ ਵੱਧ ਤੋਂ ਵੱਧ ਮਤਲਬ 5000 ਤੱਕ ਮਿਲਣਾ ਚਾਹੀਦਾ ਮਾਣ ਭੱਤਾ ਹਰ ਤਹਿਸੀਲ ਕੰਪਲੈਕਸ ਵਿੱਚ ਲੰਬੜਦਾਰ ਲਈ ਅਲੱਗ ਕਮਰਾ ਹੋਣਾ ਚਾਹੀਦਾ ਸਰਵਿਸ ਮੁਫਤ ਹੋਣੀ ਚਾਹੀਦੀ ਆ ਅਤੇ ਟੂਲ ਪਲਾਜ਼ਾ ਵੀ ਮੁਫਤ ਹੋਣਾ ਚਾਹੀਦਾ ਮੇਰੇ ਸਹੁਰਾ ਸਾਹਿਬ ਸੀਗੇ ਲੰਬੜਦਾਰ ਲੰਬੜਦਾਰ ਜੋਗਾ ਸਿੰਘ ਜੀ ਅਤੇ ਉਹਨਾਂ ਤੋਂ ਪਹਿਲਾਂ ਸੀਗੇ ਉਹਨਾਂ ਦੇ ਡੈਡੀ ਜੀ ਅਤੇ ਸਰਦਾਰ ਹੰਸਾ ਸਿੰਘ ਜੀ ਅਤੇ ਇੱਦੇ ਜੱਦੀ ਚੱਲਦੀ ਆ ਰਹੀ ਹੈ ਸਾਡੀ ਲੰਬੜਦਾਰੀ ਕੈਪਟਨ ਸਰਕਾਰ ਨੂੰ ਬੇਨਤੀ ਕੀਤੀ ਗਈ ਲੰਬੜਦਾਰਾਂ ਦੀ ਜੱਦੀ ਪੋਸ਼ਤੀ ਬਹਾਲ ਕੀਤੀ ਜਾਵੇ ਇਹ ਕੈਪਟਨ ਸਰਕਾਰ ਦਾ ਲੰਬੜਦਾਰਾਂ ਦੇ ਨਾਲ ਵਾਅਦਾ ਸੀ ਜਿਹੜਾ ਕਿ ਕੈਪਟਨ ਸਰਕਾਰ ਹਾਲੇ ਤੱਕ ਪੂਰਾ ਨਹੀਂ ਕਰ ਸਕੀ ਸੋ ਸਾਡੀ ਬੇਨਤੀ ਆ ਕੈਪਟਨ ਸਰਕਾਰ ਜੱਦੀ ਪੁਸ਼ਤੀ ਲਾਗੂ ਕਰੇ ਸਭ ਤੋਂ ਵੱਡਾ ਮਸਲਾ ਸਾਡੀ ਸਰਕਾਰ ਦੇ ਅੱਗੇ ਹੁਣ ਕਿਸਾਨਾਂ ਦਾ ਹੀ ਆ ਕਿਸਾਨਾਂ ਦੇ ਲਈ ਸਰਕਾਰ ਤਿੰਨੇ ਬਿੱਲ ਮਾਫ਼ ਕਰਵਾਵੇ ਸਭ ਤੋਂ ਵੱਡਾ ਮੁੱਦਾ ਜ਼ਿਮੀਂਦਾਰਾਂ ਦਾ ਪੂਰੇ ਭਾਰਤ ਜ਼ਿਮੀਂਦਾਰ ਅਤੇ ਕਿਸਾਨ ਭਾਰਤ ਅਤੇ ਦੇਸ਼ ਦੀ ਰੀੜ ਦੀ ਹੱਡੀ ਹਨ ਇਸ ਕਰਕੇ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਇਹਨਾਂ ਵੇਲੇ ਰੱਦ ਕਰਨੇ ਚਾਹੀਦੇ ਹਨ ਇਹ ਇਕੱਲੇ ਜ਼ਿਮੀਂਦਾਰ 'ਤੇ ਭਾਰੀ ਨਹੀਂ ਹੈ ਆਮ ਲੋਕਾਂ ਦੇ ਉੱਪਰ ਵੀ ਭਾਰੂ ਹਨ ਕਿ ਅੱਜ ਮਹਿੰਗਾਈ ਬਹੁਤ ਵੱਧ ਗਈ ਹੈ ਰਸੋਈ ਮਹਿੰਗੀ ਹੈ ਖਾਣ ਪੀਣ ਦਾ ਸਮਾਨ ਸਾਰਾ ਮਹਿੰਗਾ ਆ ਡੀਜ਼ਲ ਵੀ ਮਹਿੰਗਾ ਆ ਪੈਟਰੋਲ ਸਭ ਕੁਛ ਜਾਂ ਮੁੱਦਾ ਸਾਡੇ ਭਾਰਤ ਦਾ ਬੇਰੁਜ਼ਗਾਰੀ ਦਾ ਹੈ ਕਿ ਸਾਡੇ ਪੰਜਾਬ ਦੀ ਕਰੀਮ ਬਾਹਰ ਚਲੀ ਗਈ ਹੈ ਕਿਉਂਕਿ ਰੁਜ਼ਗਾਰ ਨਹੀਂ ਮਿਲ ਰਿਹਾ ਬੱਚਿਆਂ ਨੂੰ ਸੋ ਇਸ ਕਰਕੇ ਭਾਰਤ ਸਰਕਾਰ ਨੂੰ ਪੂਰੇ ਭਾਰਤ ਦੇ ਵਿੱਚ ਕਿੱਤਿਆਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਨਾਗਰਿਕ ਨੂੰ ਉਹਦੀ ਯੋਗਤਾ ਦੇ ਅਨੁਸਾਰ ਨੌਕਰੀ ਮਿਲਣੀ ਚਾਹੀਦੀ ਹੈ ਜੇ ਆਪਾਂ ਗੱਲ ਕਰੀਏ ਵਿਕਾਸ ਦੀ ਸਰਕਾਰ ਹਾਲੇ ਨਾਲੀ ਅਤੇ ਗਲੀਆਂ ਉੱਤੇ ਹੀ ਖੜੀ ਹੈ ਸਾਡੇ ਭਾਰਤ ਨੂੰ 74 ਸਾਲ ਆਜ਼ਾਦ ਹੋਏ ਨੂੰ ਹੋ ਗਏ ਨੇ ਜੇ ਗੱਲ ਕਰੀਏ ਆਬਾਦੀ ਦੀ ਚਾਈਨਾ ਦੀ ਸਭ ਤੋਂ ਵੱਧ ਆਬਾਦੀ ਹੈ ਪੂਰੀ ਦੁਨੀਆ ਦੇ ਚਾਈਨਾ ਪੂਰੀ ਦੁਨੀਆ ਦੇ ਵਿੱਚ ਛਾਇਆ ਹੋਇਆ ਹੈ ਹਰ ਘਰ ਦੇ ਵਿੱਚ ਛੋਟੀ ਮੋਟੀ ਫੈਕਟਰੀ ਤਾਂ ਹੈ ਸਾਡੇ ਭਾਰਤ ਦੇ ਵਿੱਚ ਬੇਰੁਜ਼ਗਾਰੀ ਬਹੁਤ ਹੀ ਜ਼ਿਆਦਾ ਵੱਧ ਚੁੱਕੀ ਹੈ ਸਾਨੂੰ ਬੇਰੁਜ਼ਗਾਰੀ ਦੂਰ ਕਰਨ ਦੀ ਲੋੜ ਵੱਧਦੀ ਆਬਾਦੀ ਉੱਤੇ ਕਾਬੂ ਪਾਉਣ ਦੀ ਲੋੜ ਜਿੰਨੇ ਵੀ ਸੂਬੇ ਹਨ ਭਾਰਤ ਦੇ ਵੱਧ ਅਧਿਕਾਰ ਦੇਣ ਦੀ ਲੋੜ ਸੂਬੇ ਦੇ ਵਿੱਚ ਨਿਆਂ ਮਿਲਣਾ ਚਾਹੀਦਾ ਹੈ ਕੇਂਦਰ ਸਰਕਾਰ ਇੱਕ ਮਾਂ ਬਾਪ ਦਾ ਰੂਪ ਹੁੰਦਾ ਹੈ ਉਹਨੂੰ ਕਿਸੇ ਵੀ ਸੂਬੇ ਦੇ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ ਜਿਵੇਂ ਕਿ ਹਰੀ ਕ੍ਰਾਂਤੀ ਕਿਸਾਨਾਂ ਅਤੇ ਮਜ਼ਦੂਰਾਂ ਨੇ ਲਿਆਂਦੀ ਸੀ ਅੱਜ ਸਰਕਾਰ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ ਇਸ ਕਰਕੇ ਮੋਦੀ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿਸਾਨ ਅਤੇ ਮਜ਼ਦੂਰ ਅਤੇ ਆਮ ਲੋਕਾਂ ਦੀ ਵਾਂਹ ਫੜਨ ਦੀ ਲੋੜ ਅਤੇ ਮਾਂ ਵਾਲਾ ਵਤੀਰਾ ਕਰਨ ਦੀ ਲੋੜ ਹੈ